ਬੈਰੰਸ ਸਤਗੁਰੂ ਸਾਸੰਗੇ ਜੀ ਰਸਨਾ ਪਵਿੱਤਰ ਕਰੀਏ ਤੇ ਆ ਕੀ ਧਾਨ ਸੀਰੀ ਸਾਧਗੁਰੂ ਜਗਜੀਤ ਸਿੰਘ ਜੀ ਧਾਨ ਸੀਰੀ ਸਾਧਗੁਰੂ ਉਦੇਸ ਸਿੰਘ ਜੀ ਸਾਸੰਗੇ ਜੀ ਅੱਜ ਦਾ ਲੇਖ ਹੈ ਇੱਕ ਇੱਕ ਜੀਭਾ ਪੜੇ ਗੁਣ ਜਗਦੀਸ਼ ਕੇ ਇਹ ਲੇਖ ਲਿਖਣ ਵਾਲੇ ਹਨ ਸਵਿੰਦਰ ਸਿੰਘ ਨਾਮਤਾਰੀ ਸਤਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵਡਿਆ ਵਡਿਆਈਆ ਕਰ ਹੁਕਮ ਮਸਤਕ ਹੱਤਾਰੇ ਵਿੱਚੋਂ ਮਾਰ ਗੱਡੀਆਂ ਬੁਰਿਆਈਆ ਕਿਸੇ ਵੀ ਗੁਰਸਿੱਖ ਨੂੰ ਛੋ ਕੇ ਵੇਖ ਲੋ ਉਹ ਸੰਦਰੋ ਫੁਹਾਰੇ ਫੁੱਟਦੇ ਨਜ਼ਰ ਆਣਗੇ ਸ਼ੀਸਾਗੋ ਜਗਜੀਤ ਸਿੰਘ ਜੀ ਬੇਅੰਤ ਮਿਹਰਾ ਤੇ ਬਖਸ਼ੀਸ਼ਾਂ ਦੇ ਪੰਡਾਰ ਹਨ ਜਿਨ੍ਹਾਂ ਦਾ ਕੋਈ ਪਰਿਵਾਰ ਨਹੀਂ ਜਿਵੇਂ ਪ੍ਰਭੂ ਕੋ ਜਸ ਹੈ ਸਿੰਧ ਮਹਾਨੇ ਮੀਨ ਦੀਨ ਮ ਕਿਆ ਗਤ ਜਾਨੀ ਖੀਮਾ ਧੀਰਜਤੀ ਨੀਮਰਤਾ ਦੇ ਮਾਲਕ ਗਹਿਰ ਗੰਭੀਰ ਗੁਣੀ ਨਿਧਾਨ ਸ੍ਰੀ ਸਾਧ ਗੁਰੂ ਜੀ ਸ੍ਰੀ ਸਾਗੁਰੂ ਜੀ ਨੇ ਆਪਣੀ ਪਵਿੱਤਰ ਉਪਦੇਸ਼ਾਂ ਵਿੱਚ ਫਰਮਾਇਆ ਹੈ ਕਿ ਭਜਨ ਬੰਗੇ ਅਤੇ ਤਪ ਸਾਧਨਾ ਨਾਲ ਮਨ ਨਿਰਮਲ ਹੋ ਜਾਂਦਾ ਹੈ ਨਾਮ ਸਿਮਰਨ ਨਾਲ ਮਨ ਵਿੱਚ ਦੁਈ ਦੁਇਕ ਭਾਵ ਸਮਾਪਤ ਹੋ ਜਾਂਦਾ ਹੈ ਸਾਰੀ ਮਨੁੱਖਤਾ ਆਪਣੀ ਹੀ ਲੱਗਦੀ ਹੈ ਸਰਲਤਾ ਧੀਰਜਵਾਨ ਸਾਦਗੀ ਸੁਹਿਰਦਤਾ ਦੇ ਸਰੂਪ ਹਨ ਬਿਆੰਤ ਬਾਦਸ਼ਾਹ ਸੀ ਸਤਗੁਰੂ ਜਗਜੀਤ ਸਿੰਘ ਜੀ ਜਿਹੜੇ ਹਰ ਗੁਰ ਸਿੱਖ ਨੂੰ ਉੱਚੀਆਂ ਕਦਰਾਂ ਕੀਮਤਾਂ ਦਇਆ ਹਮਦਰਦੀ ਨਿਮਰਤਾ ਪਿਆਰ ਮਿੱਠੇ ਬੋਲ ਅਹਿੰਸਾ ਤੇ ਗੁਰ ਮਰਿਆਦਾ ਅਨੁਸਾਰ ਸ਼ੁੱਧ ਦਾ ਪਰਵੂਰ ਜੀਵਨ ਜਿਉਣ ਦਾ ਮਾਰਗ ਦਰਸ਼ਨ ਕਰਦੇ ਹੀ ਰਹਿੰਦੇ ਹਨ ਸਾਗੁਰੂ ਜੀ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਅਕਾਲ ਪੁਰਖ ਨਾਲ ਇਕਮਿਕ ਹੋਣ ਦੇ ਰਸਤੇ ਤੇ ਤੋਰਿਆ ਹੈ। ਸਭਨਾਂ ਨੂੰ ਸਾਂਝਾ ਉਪਦੇਸ਼ ਦਿੰਦਾ ਹੈ। ਆਪ ਜੀ ਦਾ ਉਪਦੇਸ਼ ਹੈ ਕਿ ਹਰ ਇੱਕ ਦੇ ਵਾਸਤੇ ਬਖਸ਼ਿਸ਼ੀ ਮੰਗੋ। ਕਿਸੇ ਤੋਂ ਨਫ਼ਰਤ ਨਾ ਕਰੋ। ਕਦੇ ਕਿਸੇ ਦਾ ਬੂਰਾ ਨਾ ਮੰਗੋ। ਜੀਵ ਦਿਨ ਰਾਤ ਮਾਇਆ ਪਿੱਛੇ ਭੱਜਿਆ ਫਿਰਦਾ ਹੈ। ਜਿਹੜੀ ਚੀਜ਼ ਕਿਸੇ ਨੂੰ ਮਿਲਣੀ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ। ਤੇ ਜਿਹੜੀ ਨਹੀਂ ਮਿਲਣੀ ਉਦ ਦਿਨ ਰਾਤ ਭੱਜਿਆ ਵੀ ਨਹੀਂ ਮਿਲਣੀ ਜਦੋਂ ਪੈਸੇ ਚਾਰ ਆਦਮੀ ਕੋਲ ਆ ਜਾਂਦੇ ਹਨ ਫਿਰ ਉਹ ਗਲਤ ਬਾਸੇ ਤੁਰਦਾ ਹੈ ਤੇ ਪੈਸੇ ਉਹਦੇ ਕੋਲ ਘਟਣੇ ਸ਼ੁਰੂ ਹੋ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਮਨੁੱਖ ਦੀ ਸੋਭਾ ਚੰਗੀ ਹੋ ਜਾਏ ਤੇ ਹੰਕਾਰ ਹੋਣ ਕਰਕੇ ਆਦਮੀ ਗਲਤ ਬਾਸੇ ਤੁਰਨਾ ਸ਼ੁਰੂ ਕਰ ਦਿੰਦਾ ਹੈ ਗੁਰੂ ਘਰ ਦਾ ਹੀ ਧਨ ਪਦਾਰਤ ਹੜੱਪਣ ਲੱਗ ਜਾਂਦਾ ਹੈ ਗੁਰੂ ਘਰ ਦਾ ਤਨ ਪਦਾਰਤ ਖਾਣ ਨਾਲ ਮਤ ਮਾਰੀ ਵੀ ਜਾਂਦੀ ਹੈ ਗੁਰਬਾਣੀ ਵਿੱਚ ਅਜੇ ਹੀ ਮਾਇਆ ਮਾਇਆ ਧਾਰੀਆਂ ਵਾਸਤੇ ਲਿਖਿਆ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸਤਗੁਰ ਜੀ ਫਰਮਾਇਆ ਕਰਦੇ ਸਨ ਕਿ ਇਹ ਕੋਸ਼ਿਸ਼ ਕਰੋ ਕਿ ਅਸੀਂ ਮਾਇਆ ਦੇ ਪਿੱਛੇ ਲੱਗਣ ਵਾਲੇ ਨਾਮਣੀ ਜਿਹੜੇ ਮਾਇਆ ਦੇ ਵਿੱਚ ਵੱਜੇ ਨਹੀਂ ਉਹ ਸਾਖਤ ਨੇ ਸਤਗੁਰ ਵਾਲੇ ਪਾਸੇ ਮੂਹ ਰੱਖਣ ਨਾਲ ਪ੍ਰਭਾਵ ਨਹੀਂ ਪਾ ਸਕਦੀ। ਸਤਗੁਰ ਵਾਲੇ ਪਾਸੇ ਮੂਹ ਰੱਖਣ ਨਾਲ ਮਾਇਆ ਪ੍ਰਭਾਵ ਨਹੀਂ ਪਾ ਸਕਦੀ। ਸਤਗੁਰ ਜੀ ਪਵਿੱਤਰ ਉਪਦੇਸ਼ਾ ਵਿੱਚ ਕਹਾਂ ਕਰਦੇ ਨੇ ਕਿ ਸਭ ਤੋਂ ਵੱਡੀ ਜਾਇਦਾਦ ਸਾਡੀ ਸਿੱਖੀ ਹੈ। ਉਹ ਕਿਸੇ ਮੁੱਲ ਨਹੀਂ ਉਹ ਕਿੱਥੇ ਮੁੱਲ ਨਹੀਂ ਮਿਲਦੀ। ਉਹਨੂੰ ਕੋਈ ਸੋਨੇ ਤੋਂ ਨਹੀਂ ਖਰੀਦ ਸਕਦਾ। ਕੋਈ ਵੋਟਾਂ ਨਾਲ ਨਹੀਂ ਖਰੀਦ ਸਕਦਾ। ਉਹ ਸਿਰਫ ਸਤਗੁਰਾਂ ਦੇ ਚਰਨਾਂ ਨਾਲ ਪਿਆਰ ਲਾਇਆ ਹੀ ਕਰੀਦੀ ਜਾ ਸਕਦੀ ਹੈ ਮੈਂ ਆਪਣੇ 사ਧਗੁਰ ਜੀ ਨੂੰ ਕਿਹੜੀ ਜ਼ੁਬਾਨ ਨਾਲ ਸਲਾਹਾਂ ਕਿਵੇਂ ਮੈਂ ਉਹਨਾਂ ਦੇ ਗੁਣਾਂ ਦਾ ਬਿਆਨ ਕਰਾਂ ਕਿਹੜੇ-ਕਿਹੜੇ ਉਹਨਾਂ ਦੇ ਗੁਣ ਗਿਣਾ ਉਹ ਤਾਂ ਧਾਰਮਿਕ ਰਾਜਨੀਤਿਕ ਸਾਹਿਤਕਾਰ ਸੰਗੀਤਕਾਰ ਅਤੇ ਸਮਾਜ ਸੁਧਾਰ ਮੁਖੀਆਂ ਤੇ ਪ੍ਰੇਮੀਆ ਨੂੰ ਖੁੱਲਕੇ ਪਿਆਰ ਦੀਆਂ ਦਾਤਾਂ ਵੰਡਦੇ ਰਹੇ ਹਨ ਸਾਗੁਰ ਜਗਜੀਤ ਸਿੰਘ ਜੀ ਭਾਰਤ ਦੇ ਉਂਗਲੀਆਂ ਤੇ ਗਿਣੇ ਜਾਂਦੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਹਨ ਮੇਰੀ ਨਹੀਂ ਸਗੋਂ ਸਾਰੇ ਹਿੰਦੁਸਤਾਨ ਤੇ ਫਿਰ ਮਾਨਵ ਜਾਤੀ ਦੇ ਰਹਿਨੁਮਾ ਹਨ 27 ਮਾਰਚ 1981 ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਸ਼੍ਰੀ ਸਾਧਗੁਰ ਜਗਜੀਤ ਸਿੰਘ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਆਖਿਆ ਸੀ ਕਿ ਮੈਂ ਸਾਧਗੁਰ ਜੀ ਦੀ ਅਭਾਰੀ ਹਾਂ ਕਠਿਨਾਈ ਸਮੇਂ ਨੰਨੇ ਮੀਰਾ ਬੜਾ ਸਾਥ ਦਿੱਤਾ ਉਸ ਵੇਲੇ ਹੱਥ ਜੋੜ ਪ੍ਰਧਾਨ ਮੰਤਰੀ 인ਦਰਾ ਗਾਂਧੀ ਜੀ ਨੇ ਸਤਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਗੁਰੂ ਜੀ ਭਾਰਤ ਦੇ ਲੋਕਾਂ ਵਾਸਤੇ ਆਪ ਜੀ ਦੀਆਂ ਦੁਆਵਾਂ ਅਤੇ ਆਸ਼ੀਰਵਾਦ ਮੰਗ ਲਈ ਮੈਂ ਇੱਥੇ ਆਈ ਹਾਂ ਫਿਰ ਸਾਗੂ ਪ੍ਰਤਾਪ ਸਿੰਘ ਸੰਗੀਤ ਸਮੇਲਨ ਸਮੇਂ ਪ੍ਰਸਿੱਧ ਸਿਤਾਰ वादक उस्ताद वलायत खान ने क्या सी कि मैं या खुदा को मानता हूँ या आपको मानता हूँ और किसी सरकार ना राजी महाराजी के आगे मैंने हाथ फैलाया है बस अब तो यही प्रार्थना है कि आप दुआ करें यानी बख्शिश करें आपके चरणों में ही रहूं फिर होर अग्गे कहेंदे ने आपको देखकर तो तवजब होता है इस उम्र में इतनी दौड़ धूप मैं तो आपको एक दफ़ा देख लूँ तो कई बरसों के लिए तबीयत मेरी खुश हो जाती है गाने में बजाने में और सेहत में नुमाया अच्छा अच्छा सा लगता है अल्लाह ने आपके दीदार के नशे की आदत सी डाल दी है मुझे दीदार का नशा तो दरकरार होता है मैं अंदर से कह रहा हूँ हजूर आपकी दुआ से मेरा अंदर धुल गया है श्री सतगुरु जगजीत सिंह जी दे कीत्ती परोपकारा बारे जे एक-एक पाख नु निखर लगे ता कई ग्रंथ तैयार हो सकदे हन गल की सतगुरु जी दी सिफत सला कीती नहीं जा सकदी ओ ते बख्शीशा दे भंडार हन ਆਪ ਜੀ ਅਮਨ, ਇਕਤਾ, ਗਉ ਗਰੀਬ ਦੀ ਪਲਾਈ ਸਨਹੀਂ ਲੋਚਦੇ ਰਹਿੰਦੇ ਹਨ। ਆਪ ਜੀ ਨੇ ਸੁਖ ਸ਼ਾਂਤੀ ਵਾਸਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਦੇਸ਼-ਵਿਦੇਸ਼ ਵਿੱਚ ਨਾਮ ਸਿਮਰਨ ਦੇ ਜਪ ਪ੍ਰਯੋਗ ਚਲਾਏ ਹੋਏ ਹਨ। ਆਪ ਵੀ ਦੌਰੇਕਾਰ ਮੌਕੇ-ਮੌਕੇ ਦੇ ਸਾਧ ਸੰਗਤ ਨੂੰ ਦਰਸ਼ਨ ਦੇ ਕੇ ਨਾਮ ਸਿਮਰਨ ਕਰਨ ਗੁਰਬਾਣੀ ਅਨੁਸਾਰ ਦਿੱਤੇ ਸਤਿਗੁਰ ਸਾਹਿਬਾਨਾ ਵੱਲੋਂ ਕਿਤੇ ਉਪਦੇਸ਼ ਅਨੁਸਾਰ ਚੱਲ ਲਈ ਪ੍ਰੇਰਨਾ ਕਰਦੇ ਰਹਿੰਦੇ ਹੋ ਸ਼ਿਸਾ ਗੁਰਜੀ ਦੀ ਸਿਫਤ ਤਾਂ ਲਿਖਿਆ ਲਿਖੀ ਨਹੀਂ ਜਾ ਸਕਦੀ ਤੇ ਨਾ ਹੀ ਅੱਜ ਤੱਕ ਕੋਈ ਬ੍ਰਹਮਾ ਜੀ ਵਾਂਗ ਅੰਤ ਹੀ ਪਾ ਸਕਿਆ ਹੈ ਭਾਈ ਗੁਰਦਾਸ ਜੀ ਦਾ ਵੀ ਫੁਰਮਾਨ ਹੈ ਇੱਕ ਜੇ શરીર ਕੇ ਬਾਪੋ ਹੋਵੇ ਕੋਟ-ਕੋਟ 96 ਕਰੋੜ ਰੋਮ ਇੱਕ ਇੱਕ શરીર ਕੇ ਇੱਕ ਇੱਕ ਰੋਮ ਪਰ ਸੀਸ ਹੋਵੇ ਕੋਟ-ਕੋਟ एक एक रोम पर सीस होवे चीर के एक एक सीस में पै मुख होवे चीर के एक एक मुख मुख के जीबा होवे कोट कोट एक एक जीबा बने गुण जगदीश के कहो गुरदास पला तो भी हो अजान मन कह भी न सकूँ गुर सतगुर शरीर के सारे याक लिए तान सतगुरु शीर्षगुरु जगजीत सिंह जी ਉਹਨਾਂ ਦੇ ਝੰਡਾ ਵਿੱਚ ਸਾਡੀ अनेकाਵਾਰ ਦੰਡੋਤ ਬੰਦਨਾ ਹੈ